ਸ਼ਹਾਦਤ ਦੇ ਤੀਸਰੇ ਪੜਾਅ ਦਾ ਡੇਲੀ ਪੋਸਟ ਪੰਜਾਬੀ ਤੇ ਜ਼ਿਕਰ ਕਰਾਂਗੇ। ਇਸ ਤੋਂ ਪਹਿਲਾਂ ਜਾਣੂ ਕਰਵਾਇਆ ਗਿਆ ਸੀ ਕਿ ਕਿਵੇਂ ਸਰਸਾ ਨਦੀ ਤੇ ਦਸਮ ਪਾਤਸ਼ਾਹ ਦੇ ਪਰਿਵਾਰ ਦਾ ਵਿਛੋੜਾ ਪੈਂਦਾ ਹੈ। ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਕੁੰਮਾ ਮਾਸ਼ਕੀ ਦੀ ਛੰਨ ਵਿੱਚ ਰਾਤ ਠਹਿਰਦੇ ਨੇ ਤੇ ਫਿਰ ਗੰਗੂ ਬ੍ਰਾਹਮਣ ਮਾਤਾ ਜੀ ਤੇ ਛੋਟੇ ਬੱਚਿਆਂ ਨੂੰ ਪਿੰਡ ਸਹੇੜੀ ਲੈ ਕੇ ਆਉਂਦਾ ਹੈ। ਉਸ ਤੋਂ ਬਾਅਦ ਮੋਰਾਂ ਦੇ ਨਾਲ ਭਰੀ ਹੋਈ ਖੁਰਜੀ ਦੇਖ ਕੇ ਗੰਗੂ ਦੇ ਮਨ ਵਿੱਚ ਲਾਲਚ ਪੈਦਾ ਹੁੰਦਾ ਹੈ ਤੇ ਮੋਰਾਂ ਚੋਰੀ ਕਰ ਲੈਂਦਾ ਹੈ। ਮਾਤਾ ਜੀ ਦੇ ਪੁੱਛਣ ਤੇ ਉਲਟਾ ਰੌਲਾ ਪਾਉਂਦਾ ਤੇ ਆਖਦਾ ਹੈ ਕਿ ਇੱਕ ਤਾਂ ਮੈਂ ਤੁਹਾਨੂੰ ਘਰ ਦੇ ਵਿੱਚ ਆਸਰਾ ਦਿੱਤਾ ਤੇ ਦੂਸਰਾ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾਉਂਦੇ ਹੋ। ਗੰਗੂ ਬ੍ਰਾਹਮਣ ਉਸ ਵੇਲੇ ਉਹ ਪਾਪ ਕਮਾਉਂਦਾ ਹੈ ਜਿਸ ਕਰਕੇ ਦੁਨੀਆ ਅੱਜ ਵੀ ਗੰਗੂ ਨੂੰ ਪਾਪੀ ਕਹਿ ਕੇ ਲਾਂਤਾ ਪਾਉਂਦੀ ਹੈ। ਗੰਗੂ ਪਿੰਡ ਦੇ ਚੌਧਰੀ ਦੇ ਨਾਲ ਮੁਰਿੰਡਾ ਥਾਣਾ ਕੋਤਵਾਲੀ ਚ ਪਹੁੰਚਦਾ ਹੈ ਤੇ ਉੱਥੇ ਉਸ ਸਮੇਂ ਥਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਡਿਊਟੀ ਕਰਦੇ ਨੇ। ਉਹਨਾਂ ਨੂੰ ਜਾ ਕੇ ਦੱਸਦੇ ਨੇ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲ ਤੇ ਬਿਰਧ ਮਾਤਾ ਗੁਜਰ ਕੌਰ ਬੈਠੇ ਹੋਏ ਨੇ, ਜਾਓ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਓ। ਜਾਨੀ ਖਾਂ ਤੇ ਮਾਨੀ ਖਾਂ ਮਾਤਾ ਜੀ ਤੇ ਦੋਵੇਂ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੂੰ ਮੁਰਿੰਡਾ ਥਾਣਾ ਕੋਤਵਾਲੀ ਚ ਗ੍ਰਿਫਤਾਰ ਕਰਕੇ ਲੈ ਕੇ ਆਉਂਦੇ ਨੇ। ਇੱਥੇ ਕੋਤਵਾਲੀ ਚ ਉਹਨਾਂ ਨੂੰ ਬੰਦ ਕਰ ਦਿੰਦੇ ਨੇ। ਰਾਤ ਵੇਲੇ ਨਾ ਤਾਂ ਉਹਨਾਂ ਨੂੰ ਰੋਟੀ ਪਾਣੀ ਤੇ ਨਾ ਹੀ ਠੰਡ ਤੋਂ ਬਚਣ ਲਈ ਕੋਈ ਬਸਤਰ ਦਿੱਤਾ ਜਾਂਦਾ ਹੈ ਤੇ ਸਵੇਰ ਹੁੰਦਿਆਂ ਹੀ ਗੱਡੀਆਂ 'ਚ ਬਿਠਾ ਕੇ ਸਰਹੰਦ ਵੱਲ ਨੂੰ ਲੈ ਜਾਂਦੇ ਨੇ। ਅੱਜ ਇੱਥੇ ਗੁਰਦੁਆਰਾ ਕੋਤਵਾਲੀ ਸਾਹਿਬ ਸੁਭਾਈਮਾਨ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਉਸ ਜੇਲ੍ਹ ਵਿੱਚ ਕੈਦ ਕੀਤਾ ਗਿਆ ਸੀ। ਉਹ ਦਰਵਾਜ਼ਾ ਅੱਜ ਵੀ ਉਸੇ ਤਰ੍ਹਾਂ ਬਣਿਆ ਹੋਇਆ ਹੈ, ਉਹ ਜੇਲ੍ਹ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ। ਸ਼ਹਾਦਤ ਦੇ ਸਫ਼ਰ ਦੇ ਅਗਲੇ ਸਫ਼ਰ 'ਚ ਅਸੀਂ ਗੱਲ ਕਰਾਂਗੇ ਜਦ ਸਾਹਿਬਜ਼ਾਦੇ ਸੂਬਾ ਸਰਹੰਦ ਕੋਲ ਪਹੁੰਚਦੇ ਨੇ, ਉੱਥੇ ਕੀ ਕੁਛ ਹੁੰਦਾ ਹੈ। ਸਫ਼ਰੇ ਸ਼ਹਾਦਤ ਦੀ ਲੜੀ ਇਸੇ ਤਰ੍ਹਾਂ ਜਾਰੀ ਰਹੇਗੀ, ਪਰ ਤੁਸੀਂ ਜੁੜੇ ਰਹਿਣਾ ਹੈ ਡੇਲੀ ਪੋਸਟ ਪੰਜਾਬੀ ਦੇ ਨਾਲ।